ਹਾਂ ਕੁਛ ਕਿਹਾ ਇਹਨੇ, ਕੋਈ ਚੀਜ਼ ਕਿਹਾ ਹੁਣ ਬੋਲ। ਉਧਰ ਚੱਲ ਜਾ ਮੇਰੇ ਕੋਲ। ਹੈਲੋ ਪਬਲਿਕ, ਅਸਲਾਮ ਅਲੈਕੁਮ, ਵੈਲਕਮ ਬੈਕ ਬ੍ਰੈਂਡ ਨਿਊ ਵਲੌਗ ਤੇ ਵੈਲਕਮ ਕਰਦੇ ਆ ਵਲੌਗ ਚ। ਉਮੀਦ ਹੈ ਸਾਰੇ ਠੀਕ ਠਾਕ ਹੋਗੇ ਤੇ ਇੰਜੋਏ ਕਰ ਰਹੇ ਹੋਗੇ ਆਪਣੀ ਈਦ ਨੂੰ। ਤੇ ਦੂਸਰਾ ਦਿਨ ਹੈ ਈਦ ਦਾ, ਤਾਂ ਫਾਈਨਲੀ ਬਿਰਿਆਨੀ ਆ ਗਈ ਹੈ ਨਾਸ਼ਤਾ ਦਿਨ ਦਾ ਪਹਿਲਾ, ਤੇ ਨਾਲੇ ਦਹੀਂ, ਦਹੀਂ ਦੇ ਨਾਲ ਉਹ ਵਾਹ ਵਾਹ ਵਾਹ, ਆਹ ਅਸਲ ਮਾਲ ਆਇਆ ਚੈੱਕ ਕਰੋ। ਤੇ ਹੁਣ ਖਾਂਦੇ ਆ। ਫਾਈਨਲੀ ਗਾਇਸ ਅਸੀਂ ਹੋ ਗਏ ਰੈਡੀ ਤੇ ਉਹ ਖੜੀ ਸਾਡੀ ਸਵਾਰੀ ਤੇ ਅਸੀਂ ਜਾ ਰਹੇ ਹਾਂ ਫਿਰ। ਲੈਟਸ ਗੋ ਟਰੈਵਲਿੰਗ ਵਲੌਗ, ਸਮਝ ਰਹੇ ਹੋ ਕਿ ਨਹੀਂ? ਬਾਕੀ ਸੀਨ ਕੁਛ ਇੱਦਾਂ ਦੇ ਆ ਕਿ ਰੋਡ ਜਿਹੜੇ ਖਾਲੀ ਆ ਉਹ ਬੈਠੇ ਸਵਾਰੀ ਆ। ਦਰਖਤ ਮਿਲੇ ਨੇ ਅਜੀਬ ਜੇ ਜਿਹੜੇ ਮੈਂ ਪਹਿਲਾਂ ਵੇਖੇ ਨੀ। ਆਹ ਪਤਾ ਨੀ ਕਿਹੜੀ ਚੀਜ਼ ਦਾ ਵਾ ਉਹ ਦਰਖਤ, ਅਗਰ ਤੁਹਾਨੂੰ ਪਤਾ ਤਾਂ ਜ਼ਰੂਰ ਦੱਸਿਓ। ਆਹ ਵਾਲਾ ਆਹ ਦੇਖੋ, ਇਹਦੇ ਫੁੱਲ ਇੱਦਾਂ ਦੇ। ਹੁਣ ਇਹਦੀ ਤਸਵੀਰ ਤਾਂ ਲੈ ਲਾਂ, ਲੇਕਿਨ ਇਹਦਾ ਨਾਂ ਹੀ ਨਹੀਂ ਪਤਾ ਹੈਗਾ ਮੈਨੂੰ। ਸ਼ਟਰ ਸਟਾਕ ਤੇ ਜਿਹੜਾ ਵੀਡੀਓ ਪਿਕਚਰ ਵਗੈਰਾ ਅਪਲੋਡ ਕਰੀ ਦੀ ਆ, ਗਾਈਸ ਚੈੱਕ ਕਰ ਸਕਦੇ ਹੋ ਇਹਦਾ ਵੀ ਸੀਨ ਤੇ ਮੇਰਾ ਵੀ ਸੀਨ ਚੈੱਕ ਕਰ ਸਕਦੇ ਹੋ। ਬਾਕੀ ਉਹ ਸੀੜੀਆਂ ਜਾ ਰਹੀਆਂ ਉੱਪਰ ਨੂੰ ਤੇ ਇਹਦਾ ਨਾਮ ਪਤਾ ਨੀ ਬੰਗਲਾ ਸੀਗਾ, ਮੈਨੂੰ ਯਾਦ ਨੀ ਆ ਰਿਹਾ ਹੁਣ। ਮੈਨੂੰ ਕੁਛ ਕਹਿੰਦੇ ਸੀਗੇ, ਯਾਦਾਸ਼ਤ ਥੋੜੀ ਕਮਜ਼ੋਰ ਆ। ਬਾਕੀ ਚੈੱਕ ਕਰ ਸਕਦੇ ਹੋ ਤੁਸੀਂ, ਸੀਨ ਆ ਕੰਡੀਸ਼ਨ ਦੇ ਪਏ ਆ, ਕੰਡੀਸ਼ਨ ਦੇ ਚ ਹੋ ਸਕਦਾ ਕੋਈ ਜਾਨਵਰ। ਆ ਸੂਰਜਮੁਖੀ ਦਾ ਫੁੱਲ ਚੈੱਕ ਕਰੋ ਤੇ ਨਾਲ ਹੀ ਆ ਕਲੀਆਂ ਦੇ ਬੂਟੇ, ਕਲੀਆਂ ਦੇ ਨਾਲ ਨਾਲ ਹੀ ਗੁਲਾਬ ਦੇ ਬੂਟੇ ਆ। ਮੈਂ ਇੱਕ ਚੀਜ਼ ਦਾ ਗੌਰ ਹੁਣ ਕੀਤਾ ਗਾਇਸ ਕਿ ਆਹ ਦੇਖੋ, ਆਹ ਜਿਹੜਾ ਸੂਰਜਮੁਖੀ ਦਾ ਇਹ ਪਤਾ ਨੀ ਧੁੱਪ ਨਾ ਵਾਈਟ ਹੋ ਗਿਆ ਵਾ, ਇਹ ਪਹਿਲੇ ਆ ਦੇਖੋ ਮਰਝਾਇਆ ਆ, ਲੇਕਿਨ ਇਹ ਵਾਈਟ। ਨਾਲ ਹੀ ਆ ਦੋ ਕਮਰੇ ਆ ਜਿੱਥੇ ਕਿ ਦੁੱਲਾ ਦੁੱਲਣ ਰਹਿ ਸਕਦੇ। ਹਾਂ ਕੁਛ ਕਿਹਾ ਇਹਨੇ, ਕੋਈ ਚੀਜ਼ ਕਿਹਾ ਹੁਣ ਬੋਲ। ਇਹ ਥੋੜਾ ਨੀ ਹੋ ਸਕਦਾ, ਹੁਣ ਬਠੇ ਮਾਰ ਕੇ ਅੰਬੀਆਂ ਲਾ ਰਹੇ ਆ, ਐਨਕ ਲਾਈ ਹਾਏ ਹਾਏ ਹਾਏ, ਹੁਣ ਪੂਰਾ ਸਟਾਈਲ ਹੀ ਲੱਗਣ ਡਿਆ ਵਾ। ਮੰਮਾ ਜਾਗ ਚੌਂਕ ਦੇ ਵਿੱਚ ਫਿਰ ਤੁਰ ਕੇ ਆ। ਬਾਕੀ ਆਹ ਵਾਲਾ ਵਾ ਦੂਸਰਾ ਸੀਨ, ਇਹ ਅਸੀਂ ਆਏ ਹਾਂ ਸ਼ੇਰ ਵਾਲੀ ਕਲੋਨੀ ਚ। ਇਹਦਾ ਤਾਂ ਮੈਨੂੰ ਪਤਾ ਵਾ, ਇੱਥੇ ਆਏ ਸੀ ਅੱਜ ਤੋਂ 5 ਸਾਲ ਪਹਿਲਾਂ ਟਿਕ ਟਾਕ ਬਣਾਉਣ ਵਾਸਤੇ, ਤੇ ਮੈਂ ਇਹਦੇ ਉੱਤੋਂ ਦੀ ਚੜ ਰਿਹਾ ਵਾ, ਦੇਖਦੇ ਚੜ ਹੁੰਦਾ ਕਿ ਨਹੀਂ। ਬਹੁਤ ਗਰਮ ਆ, ਵਿਦਆਊਟ ਐਨੀ ਪੋਰਟ। ਆਹ ਦੇਖ ਲਓ, ਇੱਥੋਂ ਚੜਿਆ ਵਾ ਤੇ ਅਗਰ ਮੈਂ ਸਲਿਪ ਹੋ ਜਾਂਦਾ ਤੇ ਸੀਨ ਮੇਰਾ ਵਿਗੜ ਸਕਦਾ ਸੀ, ਲੇਕਿਨ ਚੈੱਕ ਕਰੋ ਤੁਸੀਂ ਉਹ ਝੂਟਾ ਵਾ ਪਿੰਕ ਪਾਈ ਹੈ। ਤੇ ਆਹ ਸੀਨ ਆ, ਇੱਥੇ ਪਹਿਲੇ ਦਰਖਤ ਹੀ ਦਰਖਤ ਹੁੰਦੇ ਸੀ ਬਹੁਤ ਜ਼ਿਆਦਾ ਨਾ, ਅਸੀਂ ਟਿਕਟੋਕ ਆ ਕੇ ਬਣਾਉਂਦੇ ਰਹੇ, ਲੇਕਿਨ ਹੁਣ ਸੀਨ ਜਿਹੜਾ ਉਹ ਥੋੜ੍ਹਾ ਚੇਂਜ ਕਰ ਦਿੱਤਾ ਵਾ ਉਹਨਾਂ ਨੇ, ਇਹ ਦਰਖਤ ਦਰੁਖਤ ਕੱਟਦੇ ਆ ਪਤਾ ਨਹੀਂ। ਲੇਕਿਨ ਉਦੋਂ ਦੇ ਜਿਹੜੇ ਘਰ ਆ ਉਹ ਦੋ ਹੀ ਬਣੇ ਆ ਇੱਥੇ, ਇੱਕ ਹਾ ਵਾਲਾ ਅਤੇ ਕੋ ਉੱਧਰ। ਮੈਨੂੰ ਲੱਗਦਾ ਕਲੋਨੀ ਕਾਮਯਾਬ ਨਹੀਂ ਹੋ ਪਈ, ਅਸੀਂ ਇੱਥੇ ਖੀਸੀ ਲੈਂਦੇ ਹੋਏ ਚੱਲਦੇ ਹਾਂ ਥੱਲੇ। ਗਾਇਸ ਮੈਂ ਚੱਲਿਆ ਗਿਆ ਫੁੱਲ ਅਤੇ ਹੁਣ ਜਾ ਕੇ ਸਕੂਨ ਨਾਲ ਬਹਿੰਦੇ ਹਾਂ, ਕਿਉਂਕਿ ਟੇਕ ਮੈਨੂੰ ਵੀ ਨਹੀਂ ਸਿਆਣ ਲਈ। ਉਹ ਝੂਟੇ ਆ ਅਤੇ ਮੈਨੂੰ ਲੱਗਦਾ ਰਗੜੀ ਗਈ ਆ, ਦੱਸ ਕੇ ਉਹ ਝੂਟੇ ਵੀ ਲੈਂਦੇ ਹਾਂ। ਝੂਟੇ ਮੈਨੂੰ ਇਹੀ ਲੱਗਣ ਡੇ ਜਿੰਨਾ ਵਾਲੇ, ਜਿੱਦਾਂ ਜਿੰਨਾ ਨਹੀਂ ਹੁੰਦੇ ਉਹ ਹਿਸਾਬ। ਧੁੱਪ ਦੇ ਵਿੱਚ ਲੈ ਰਿਹਾ ਹਾਂ ਝੂਟੇ ਅਤੇ ਸੂਰਜ ਦਾ ਸੀਨ ਤੁਹਾਨੂੰ ਚੈੱਕ ਕਰਾਉਂਦੇ ਹਾਂ। ਅਗਰ ਸੂਰਜ ਦੇਖ ਰਿਹਾ ਤਾਂ ਸੂਰਜ ਫੁੱਲ ਤੱਪਿਆ ਵਾ ਸਾਡ ਮੇਰੇ 'ਤੇ ਤੱਪਿਆ ਵਾ, ਪਤਾ ਨਹੀਂ ਕਿਹੜੀ ਗੱਲ ਦਾ ਗੁੱਸਾ, ਕਹਿੰਦਾ ਘਰ ਜਾ ਕੇ ਸੌਂ, ਲੇਕਿਨ ਮੈਂ ਇੱਥੇ ਕਰਨਾ ਇੰਜੋਏ। ਅਤੇ ਉਹ ਮੈਂ ਤੁਹਾਨੂੰ ਕਹਿਣਾ ਇਹ ਸੀ, ਵਿਊਜ਼ ਕਦੋਂ ਨਹੀਂ ਆ ਰਿਹਾ, ਇਹਦੀ ਵਜ੍ਹਾ ਕੀ ਆ? ਤੁਸੀਂ ਪਸੰਦ ਨਹੀਂ ਕਰ ਰਹੇ ਪਤਾ ਨਹੀਂ। ਜਿਹੜਾ ਬੰਦਾ ਦੇਖਦਾ ਵਾ ਸਿਰਫ 2 ਮਿੰਟ ਦਾ ਕਲਿੱਪ ਦੇਖਦਾ, 2 ਮਿੰਟ ਦਾ ਵੀ ਨਹੀਂ ਬਲਕੇ ਸਿਰਫ 19 ਸੈਕਿੰਡ ਦਾ ਦੇਖਦਾ। ਮੈਂ ਤੇ ਆਈਫੋਨ ਵੀ ਲੈ ਲਿਆ ਤਾਂ ਕਿ ਰਿਜ਼ਲਟ ਅੱਛਾ ਆ ਸਕੇ, ਪਤਾ ਨਹੀਂ ਕੀ ਗੱਲ ਆ ਕਿਉਂ ਨਹੀਂ ਵਿਊਜ਼ ਆ ਰਹੇ। ਹੁਣ ਆਪਾਂ ਬਹਿੰਦੇ ਹਾਂ ਉਹ ਡੰਡੇ ਤੇ, ਲੇਕਿਨ ਉਹ ਡੰਡੇ ਤੇ ਨਹੀਂ ਬੈਠਣਾ ਕਿਉਂਕਿ ਉਹ ਡੰਡਾ ਤੇ ਸੀਟ ਹੁੰਦੀ ਆ, ਸੀਟ ਨਹੀਂ ਹੈ। ਬਾਕੀ ਚੱਲਦੇ ਹਾਂ, ਉਹ ਆਪਣੀ ਸਵਾਰੀ ਖਲੋਤੀ ਆ, ਕਿਉਂਕਿ ਬਿਨਾਂ ਪੈਸੇ ਤੋਂ ਫਿਰ ਇੱਦਾਂ ਹੀ ਹੁੰਦਾ ਵਾ, ਇੱਦਾਂ ਵੀ ਵਲੌਗ ਹੁੰਦਾ ਵਾ, ਕਿਉਂਕਿ ਪੈਸਾ ਹੋਵੇ ਤਾਂ ਫਿਰ ਬੰਦਾ ਕਿਤੇ ਅੱਛੀ ਅੱਛੀ ਜਗ੍ਹਾ ਤੇ ਘੁੰਮਣ ਜਾਵੇ। ਹੁਣ ਮੇਰੇ ਕੋਲ ਸਿਰਫ 150 ਰੁਪਏ, 150 ਚ ਆਪਾਂ ਕਿਤੇ ਵੀ ਨਹੀਂ ਜਾ ਸਕਦੇ। ਇੱਥੇ ਕਰਦੇ ਵਲੌਗ ਦਾ ਐਂਡ, ਜ਼ਿਆਦਾ ਬਕਵਾਸ ਨਹੀਂ ਕਰਦੇ ਤੇ ਮਿਲਦੇ ਆ ਨੈਕਸਟ ਵਲੌਗ ਚ। ਓਕੇ, ਅੱਲਾ ਹਾਫਿਜ਼ ਐਂਡ ਬਾਏ ਬਾਏ।